हलका भुचो मंडी दे एमएलए हेलो एमएलए सरदार प्रीतम सिंह जी कोट भाई साहब सरदार तेजा सिंह जी दंदीवाल साहब यादविंदर जादू जी मेरे नालों हजार गुना समझदार ते सियाने पिंड निवासी बजुर्गो नौजवान दोस्तों माताओं भैणों वाहिगुरू जी का खालसा वाहिगुरू जी की फतेह। मेरिया गल्लां कुछ इस तरह दियां होणगियां भी नूहे गल सुन के धीए कन्न कर क्योंकि जदों साडे घरे कोई मेहमान आउंदा है असीं उहनूं मेहमान नूं बेइज्जती करन वास्ते नहीं सद्दिया हुंदा असीं इज्जत करन वास्ते सद्दिया हुंदा है। अगे उस मेहमान ने साबित करना है कि वह उहदे काबल है। मैं जिहड़ियां गल्लां करनियां तुहाडे नाल उह इह है मैं एक दो गल्लां पुराणियां सुनाऊंगा तुहानूं फिर परिवार दियां सुनाऊंगा एक गल पिंड दी सुनाऊंगा एक घर दी भी सुनाऊंगा अखीर ते क्योंकि मैं बहुता समां 32 साल पिंड तों बाहर रहा पर मेरा संपर्क पिंड दे नाल रहा है। हुण रिटायरमेंट तों बाद मैं इत्थे आया हुण भी कोशिश करांगे कोई चंगा काम पिंड दे विच कीता जावे जिहड़े अगले अगला समां रह गया। मैनूं बहुत लंबा समां वड्डे वड्डे लीडरां दे नाल रहण दा मौका मिलिआ। इस तों बाद की है थोड़े हल्के की गल जिहड़ी मैं दसदा मेरे परिवार ने जो किया ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇਸ ਹਲਕੇ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਸਰਦਾਰ ਜਗਸੀਰ ਸਿੰਘ ਬੈਠੇ ਹੈ ਮੇਰੇ ਤਾਏ ਚਾਚੇ ਦਾ ਲੜਕਾ ਹੈ। ਇਹਨਾਂ ਦੇ ਫਾਦਰ ਸਾਹਿਬ ਨੇ 2.5 ਮਹੀਨੇ ਉਦੋਂ ਕੈਦ ਕੱਟੀ ਸੀ ਜਦੋਂ ਇੰਦਰਾ ਗਾਂਧੀ ਨੂੰ ਅੰਦਰ ਕੀਤਾ ਗਿਆ ਸੀ। ਬਹੁਤ ਲੰਮਾ ਸਮਾਂ ਸਰਪੰਚ ਰਹੇ ਫਿਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਵੀ ਸਰਪੰਚ ਬਣੇ। ਇਸ ਪਿੰਡ ਦੇ ਵਿੱਚ ਜੜ ਲਾਉਣ ਵਾਲੇ ਆ ਜਿਹੜੇ ਉਹ ਸਾਡਾ ਪਰਿਵਾਰ ਸੀ। ਹਾਂਜੀ ਹੁਣ ਮੈਂ ਗੱਲ ਕਰਦਾ ਤੁਹਾਡੀ ਵਿਰੋਧੀ ਇੱਕ ਉਮੀਦਵਾਰ ਹੈ ਦਰਸ਼ਨ ਸਿੰਘ ਕੋਟਫੱਤਾ ਜਿਹੜਾ ਆਪਣਾ ਹਲਕਾ ਛੱਡ ਕੇ ਪਿਛਲੀ ਵਾਰੀ ਪਤਾ ਨਹੀਂ ਉੱਥੇ ਕਿ ਵੋਟ ਪੈਣੀ ਹੋਣੀ ਹੈ ਜਾਂ ਨਹੀਂ ਹੋਣੀ ਸਾਡੇ ਹਲਕੇ ਦੇ ਵਿੱਚ ਆਇਆ। ਉਹ ਬੰਦੇ ਨੇ ਤੁਹਾਡੇ ਦੇ 2-3 ਇਲਜ਼ਾਮ ਲਾਏ ਹੈ ਹੋ ਸਕਦਾ ਤੁਸੀਂ ਸੁਣੇ ਹੋਣ ਤੁਹਾਡਾ ਜਵਾਬ ਮੈਂ ਨਹੀਂ ਸੁਣਿਆ। ਉਹ ਬੰਦਾ ਕਹਿੰਦਾ ਪ੍ਰੀਤਮ ਸਿੰਘ ਕੋਟ ਭਾਈ ਨੇ ਚਿੱਟਾ ਵਕਾਇਆ ਸ਼ਰੇਆਮ ਉਹਨੇ ਵੀਡੀਓ ਦੇ ਵਿੱਚ ਕਿਹਾ ਆਪਣੇ ਹਲਕੇ ਦੇ ਵਿੱਚ ਚਿੱਟਾ ਵਕਾਇਆ ਚਿੱਟੇ ਦੇ ਨਾਲ ਥਾਂ ਉਹ ਬਾਅਦ ਚ ਤੁਸੀਂ ਗੱਲ ਕਰ ਲਿਓ ਕੋਈ ਫਿਰ ਬਾਅਦ ਚ ਗੱਲ ਕਰ ਲਿਓ ਮੈਨੂੰ ਪੂਰਾ ਕਰ ਲਿਓ। ਉਹ ਕਹਿੰਦਾ ਕੋਟ ਭਾਈ ਨੇ ਚਿੱਟਾ ਵਕਾਇਆ ਸਾਰੇ ਹਲਕੇ ਦੇ ਵਿੱਚ ਥਾਣੇਦਾਰ ਨਾਲ ਲਿਆ ਜਾ ਥਾਣੇ ਵਾਲਿਆਂ ਨੂੰ ਕਹਿ ਦਿੰਦਾ ਵੀ ਇੰਨੇ ਪੈਸੇ ਮੈਨੂੰ ਦੇ ਦਿਓ ਤੁਸੀਂ ਜੋ ਮਰਜ਼ੀ ਅੱਗ ਮਚਾਈ ਲਓ ਉਹਨੇ ਕਰਦੀ ਮਚਾਈ ਲਓ। ਜੇ ਇਹ ਗੱਲ ਸੱਚ ਹੈ ਫਿਰ ਤਾਂ ਕੋਈ ਇਤਰਾਜ਼ ਹੀ ਨਹੀਂ ਪਰ ਜੇ ਇਹ ਗੱਲ ਉਹਦੀ ਝੂਠੀ ਹੈ ਤੁਸੀਂ ਹੁਣ ਤੱਕ ਕੇਸ ਕਿਉਂ ਨਹੀਂ ਕੀਤਾ ਉਹਦੇ ਤੇ? ਉਹ ਇਲਜ਼ਾਮ ਲਾ ਰਿਹਾ ਇਲੈਕਸ਼ਨ ਦੇ ਵਿੱਚ ਤੁਸੀਂ ਕੇਸ ਕਿਉਂ ਨਹੀਂ ਕੀਤਾ? ਕੇਸ ਕੀਤਾ ਨਹੀਂ ਕੀਤਾ ਚਲੋ ਵੱਖਰੀ ਗੱਲ ਆ ਪਰ ਤੁਸੀਂ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਕਿ ਭਾਈ ਮੈਂ ਸੱਚਾ ਸੁੱਚਾ ਬੰਦਾ ਹੈਗਾ ਮੈਂ ਇਹੋ ਜਿਹੀ ਗੱਲ ਨਹੀਂ ਕਰਦਾ? ਜਵਾਬ ਦਿੱਤਾ ਮੈਂ ਨਹੀਂ ਸੁਣਿਆ ਕਿਤੇ ਵੀਡੀਓ ਦੇ ਵਿੱਚ ਤੁਸੀਂ ਜਵਾਬ ਦਿੱਤਾ ਹੋਵੇ ਉਸ ਗੱਲ ਦਾ। ਜਦੋਂ ਇਲੈਕਸ਼ਨ ਇਸ ਤਰ੍ਹਾਂ ਚੱਲਦਾ ਤੇ ਮਿੰਟ ਮਿੰਟ ਤੇ ਕੋਈ ਗੱਲ ਆਉਂਦੀ ਹੈ ਉਹਦਾ ਜਵਾਬ ਦੇਣਾ ਪੈਂਦਾ ਫਿਰ ਜਾ ਕੇ ਲੋਕ ਉਸ ਗੱਲ ਨੂੰ ਮੰਨਦੇ ਹੈ। ਇਹ ਤੁਹਾਡੇ ਹਲਕੇ ਦੀ ਗੱਲ ਹੈ। ਮੈਨੂੰ ਨਹੀਂ ਪਤਾ ਕਿੰਨੇ ਵਿਕਾਸ ਦੇ ਕੰਮ ਹੋਏ ਹੈ ਕਿੰਨੇ ਨਹੀਂ ਹੋਏ, ਕਿੰਨੀਆਂ ਸੜਕਾਂ ਦੇ ਤੁਸੀਂ ਵਾਅਦੇ ਕੀਤੇ ਸੀ ਕਿੰਨੀਆਂ ਬਣ ਗਈਆਂ, ਕਿੰਨੀਆਂ ਗਲੀਆਂ ਦੇ ਵਿੱਚ ਵਾਅਦੇ ਕੀਤੇ ਸੀ ਕਿੰਨੀਆਂ ਬਣ ਗਈਆਂ, ਪਰ ਮੈਂ ਤਾਂ ਪਿੰਡ ਤੋਂਗਾਲੀ ਦੇ ਵਿੱਚ ਜਦੋਂ ਜਾਂਦਾ ਚਲੋ ਹੋ ਸਕਦਾ ਤੁਸੀਂ ਬੜੇ ਕੰਮ ਕੀਤੇ ਹੋਣ, ਤੁਸੀਂ ਕਾਂਗਰਸੀਆਂ ਦੇ ਬਾਰਾਂ ਦੀ ਬਜਾਏ ਅਕਾਲੀਆਂ ਦੇ ਬਾਰ ਪੱਕੇ ਕਰਾਏ ਹੋਣ, ਤੁਸੀਂ ਕਾਂਗਰਸ ਦੇ ਵਰਕਰਾਂ ਦੀ ਬਜਾਏ ਉਹਨਾਂ ਦੀਆਂ ਗਲੀਆਂ ਕੱਚੀਆਂ ਹੋਣ, ਤੁਸੀਂ ਅਕਾਲੀਆਂ ਦੀਆਂ ਪੱਕੀਆਂ ਕਰਵਾ ਦੀਆਂ ਹੋਣ, ਚਲੋ ਪਿੰਡ ਦੇ ਕੰਮ ਤਾਂ ਹੋਏ। ਮੈਂ ਇਹ ਗੱਲ ਮੰਨ ਲੈਂਦਾ ਕਾਂਗਰਸੀ ਵਰਕਰ ਹੈ ਜਿਹੜੇ ਨਿਰਾਸ਼ ਹੋ ਗਏ ਹੋਣ ਮੰਨ ਲਈ ਗੱਲ। ਇੱਕ ਗੱਲ ਹੋਰ ਆਖਰ ਦੇ ਉੱਤੇ ਤੁਸੀਂ ਪਿੰਡ ਪਿੰਡ ਦੇ ਵਿੱਚ ਉਹ ਇਲਜ਼ਾਮ ਮੈਂ ਆਪ ਲਾ ਰਿਹਾ ਆਪਣੇ ਪਰਿਵਾਰ ਵੱਲੋਂ ਲਾ ਰਿਹਾ, ਪਹਿਲੇ ਇਲਜ਼ਾਮ ਲੋਕਾਂ ਦੇ ਸੀ ਹੁਣ ਮੈਂ ਆਪਣੇ ਪਰਿਵਾਰ ਵੱਲੋਂ ਲਾ ਰਿਹਾ ਔਰ ਸਿੱਧਾ ਲਾ ਰਿਹਾ। ਕਿਸੇ ਦੀ ਮੈਨੂੰ ਲੋਕਲ ਪੇਟ ਨਹੀਂ, ਮੈਂ ਇਲੈਕਸ਼ਨ 'ਚ ਖੜਾ ਨਹੀਂ ਹੋਣਾ, ਮੈਂ ਸਰਪੰਚ ਨਹੀਂ ਬਣਨਾ, ਪੰਚ ਨਹੀਂ ਬਣਨਾ, ਕਿਤੇ ਨਹੀਂ ਖੜਾ ਹੋਣਾ, ਮੈਂ ਆਜ਼ਾਦ ਬੰਦਾ ਜਿਹੜਾ ਵੀ ਇੱਥੇ ਆਊਗਾ ਕੱਲ ਨੂੰ ਅਸੀਂ ਇਹਦਾ ਇਹ ਹੱਕ ਹੈ ਕਿ ਮੈਂ ਕੋਈ ਸਾਡੇ MLA ਆਉਂਦੇ ਆ ਕੋਈ MP ਆਉਂਦੇ ਆ ਸਵਾਲ ਕਰ ਸਕਾਂ ਉਹਨਾਂ ਦੇ ਔਰ ਸੱਚੇ ਸਵਾਲ, ਝੂਠੇ ਇਲਜ਼ਾਮ ਨਹੀਂ ਬਿਲਕੁਲ ਨਹੀਂ ਕਿਸੇ ਦੇ ਬਿਲਕੁਲ ਨਹੀਂ ਹੈ। ਜੇ ਕੋਈ ਗੱਲ ਝੂਠੀ ਹੋਈ ਤੁਸੀਂ ਵੀ ਦੱਸ ਦਿਓ। ਤੁਹਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਕਿ ਬਾਅਦ 'ਚ ਮੁੱਖ ਮੰਤਰੀ ਬਣੇ ਗੁਟਕੇ ਤੇ ਹੱਥ ਰੱਖ ਕੇ ਯਾਰ ਸਹੁੰ ਖਾਧੀ ਸੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ, ਮੈਂ ਇੱਕ ਹਫ਼ਤੇ 'ਚ ਸਾਰਾ ਨਸ਼ਾ ਬੰਦ ਕਰ ਦੂੰਗਾ। ਨਸ਼ਾ ਹੋ ਗਿਆ ਬੰਦ? ਤੁਹਾਡੇ ਹਲਕੇ 'ਚ ਕੱਲ੍ਹ 3 ਬੰਦੇ ਮਰੇ ਆ, 3 ਮੁੰਡੇ ਮਰੇ ਆ ਨੌਜਵਾਨ। ਇਹ ਨਸ਼ਾ ਬੰਦ ਕਰਨ ਦੀ ਤੁਹਾਡੀ ਜਿਹੜੀ ਹੈ ਉਹ ਕਵਾਇਦ ਹੈ, ਤੁਸੀਂ ਜੋ ਕੀਤਾ। ਇਸੇ ਪ੍ਰਧਾਨ ਸਾਹਿਬ ਨੇ ਇਹ ਆਖਿਆ ਸੀ, ਇਸੇ ਮੁੱਖ ਮੰਤਰੀ ਨੇ ਇਹ ਆਖਿਆ ਸੀ ਕਿ ਮੈਂ ਘਰ ਘਰ ਦੇ ਵਿੱਚ ਨੌਕਰੀ ਦੇ ਦੂੰਗਾ। ਕਿੰਨੇ ਬੰਦੇ ਹੱਥ ਖੜੇ ਕਰਿਓ ਜਰਾ, ਘਰ ਘਰ ਦੇ ਵਿੱਚ ਨੌਕਰੀ ਮਿਲੀ ਹੋਵੇ, ਕਿਸੇ ਘਰ ਦੇ ਵਿੱਚ ਇੱਕ ਵੀ ਨੌਕਰੀ ਮਿਲੀ ਹੋਵੇ, ਹੱਥ ਖੜੇ ਕਰਿਓ। ਹੋਰ ਗੱਲਾਂ ਬਹੁਤ ਹੈ, ਮੈਂ 2 ਹੀ ਗੱਲਾਂ ਕਰੂੰਗਾ, ਪਰ ਤੁਸੀਂ ਕਹੋਗੇ ਉਹਨੇ ਤਾਂ ਸਾਡੀ ਔੜੇ 5 ਸਾਲ ਸੁਣੀ,
ਸਾਡੀ ਤਾਂ ਚਲਦੀ ਨਹੀਂ ਸੀ, ਸਾਡੀ ਤਾਂ ਸੁਣੀ ਫਿਰ ਦੇ ਭਾਈ ਚਲਦੀ ਨਹੀਂ ਸੀ ਤੇ ਤੁਸੀਂ MLA ਕਾਹਦੇ ਵਾਸਤੇ ਬਣੇ ਸੀ? ਤੁਸੀਂ ਜਾ ਕੇ ਉਹਨੂੰ ਪੁੱਛਿਆ ਕਿਉਂ ਨਹੀਂ ਵੀ ਚਲਦੀ ਨਹੀਂ ਹੈ? ਤੂੰ ਲੈ ਕੇ ਰੁੱਸਿਆ ਉਹਨੂੰ ਸਾਰੇ ਪੰਜਾਬ ਦੀ ਮਾਂ ਬਣਾ ਕੇ, ਤੂੰ ਉੱਥੇ ਚੜ੍ਹਦਾ ਰਹਿੰਦਾ ਪਹਾੜਾਂ ਤੇ, ਕਾਹਦੇ ਵਾਸਤੇ ਮੁੱਖ ਮੰਤਰੀ ਬਣਾਇਆ ਜੀ? ਮੁੱਖ ਮੰਤਰੀ ਸਾਰੀ ਸਟੇਟ ਦਾ ਪਿਓ ਹੁੰਦਾ, ਸਾਰੀ ਸਟੇਟ ਦਾ ਪਿਓ ਹੁੰਦਾ ਮੁੱਖ ਮੰਤਰੀ, ਤੇ ਮੰਤਰੀ ਪੰਜ ਚਾਰ ਜ਼ਿਲ੍ਹਿਆਂ ਦਾ ਪਿਓ ਹੁੰਦਾ ਹੈ, ਪਰ MLA ਜਿਹੜਾ ਉਹ ਪਿਓ ਨਹੀਂ ਹੁੰਦਾ, ਉਹ ਆਪਣੇ ਹਲਕੇ ਦੀ ਮਾਂ ਹੁੰਦਾ ਹੈ, ਕਿਉਂਕਿ ਉਹਨੇ ਮਾਂ ਵਾਂਗੂ ਦੁੱਖ ਤਕਲੀਫਾਂ ਸੁਣਨੀਆਂ ਹੁੰਦੀਆਂ ਤੇ ਅੱਗੇ ਜਾ ਕੇ ਪਿਓ ਦੇ ਨਾਲ ਬਹਿਸ ਕਰਕੇ ਉਹ ਲਾਗੂ ਕਰਾਉਣੀਆਂ ਹੁੰਦੀਆਂ। ਫਿਰ ਤੁਸੀਂ MLA ਬਣ ਗਏ ਗੱਡੀਆਂ ਲੈਣ ਵਾਸਤੇ, ਲਾਲ ਲਾਈਟਾਂ ਲਵਾਉਣ ਵਾਸਤੇ MLA ਬਣੇ ਰਹੇ, ਚਾਰ ਪੰਜ ਬਾਡੀਗਾਰਡ ਲੈਣ ਵਾਸਤੇ MLA ਬਣੇ ਰਹੇ, TADA ਪ੍ਰਾਪਤ ਕਰਨ ਵਾਸਤੇ, ਤਨਖਾਹਾਂ ਪ੍ਰਾਪਤ ਕਰਨ ਵਾਸਤੇ MLA ਬਣੇ ਰਹੇ। ਅਗਲੀ ਗੱਲ, ਸਿੱਧੀਆਂ ਗੱਲਾਂ ਉਹਨਾਂ ਨਾਲ ਵੀ ਇਸ ਤਰ੍ਹਾਂ ਕਰਾਂਗੇ, ਇਸ ਕਰਕੇ ਗੁੱਸੇ ਦੀ ਕੋਈ ਗੱਲ ਨਹੀਂ ਇਹਦੇ ਚ। ਬਾਕੀ ਜੇ ਤੁਸੀਂ ਗੁੱਸਾ ਕਰਨਾ ਕਰ ਵੀ ਲਿਓ, ਫਿਰ ਵੀ ਕੋਈ ਗੱਲ ਨਹੀਂ। ਪੁਰਾਣੇ ਬੰਦੇ ਆਉਂਦੇ ਆ ਰੋਂਦੇ ਇੱਥੇ ਆ ਕੇ, ਯਾਰ ਕੋਟ ਭਾਈ ਨੇ ਸਾਨੂੰ ਜਮਾਂ ਖੁੱਡੇ ਲੈਣ ਲਾ ਤਾ, ਕੋਟ ਭਾਈ ਨੇ ਸਾਨੂੰ ਪੁੱਛਿਆ ਹੀ ਨਹੀਂ ਹੈ। ਹੁਣ ਇੱਧਰਲੇ ਪਾਸੇ ਸਾਹਮਣੇ ਤੁਸੀਂ ਦੇਖੋ ਝੰਡਾ ਲੱਗਿਆ ਇੱਕ, ਇਹ ਝੰਡਾ ਮੇਰੇ ਫਾਦਰ ਸਾਹਿਬ ਵੇਲੇ ਦਾ ਲੱਗਿਆ ਹੋਇਆ, ਸਰਦਾਰ ਜਗਰੂਪ ਸਿੰਘ ਵੇਲੇ ਦਾ, ਤੇ ਇਹਦੇ ਰੰਗ ਦੇਖ ਲਓ, ਲਾਲ ਲਕੀਰ ਹੈ ਜਿਹੜੀ ਸੁਨਹਿਰੀ, ਦੂਜੀ ਜਿਹੜੀ ਉਹ ਅੱਡ ਹੈ, ਚਿੱਟੀ ਅੱਡ ਹੈ ਤੇ ਹਰੀ ਅੱਡ ਹੈ। ਇਹਦਾ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਕੋਟ ਭਾਈ ਸਾਹਿਬ ਤੁਸੀਂ ਹੋ। ਜੇ ਤੁਸੀਂ ਇਸ ਪਰਿਵਾਰ ਦੀ ਸੁਣੀ ਹੁੰਦੀ ਤੇ ਅੱਜ ਉੱਥੇ ਕਿਸਾਨੀ ਝੰਡਾ ਉਹ ਨਹੀਂ ਲੱਗਿਆ ਹੋਣਾ ਸੀ, ਇੱਥੇ ਸਾਰੇ ਘਰਾਂ ਦੇ ਉੱਤੇ ਕਾਂਗਰਸ ਦੇ ਝੰਡੇ ਆ ਜਿਹੜੇ ਵੱਡੇ ਵੱਡੇ ਲਹਿਰਾਉਂਦੇ ਹੋਣੇ ਸੀ। ਸੱਚ ਹੈ ਦੀ ਗੱਲ ਇਹ ਝੰਡੇ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਿਓ ਕਿ ਕਾਂਗਰਸ ਦੀ ਹਾਲਤ ਕੀ ਹੈ। ਅਗਲੀ ਗੱਲ ਅਖੀਰ ਤੇ ਮੈਂ ਇੱਕ ਸਿਰਫ ਹੋਰ ਗੱਲ ਕਹੂੰਗਾ, ਇਸ ਪਿੰਡ ਦੇ ਵਿੱਚ ਜਿੰਨੇ ਪੁਰਾਣੇ ਕਾਂਗਰਸੀ ਸੀ ਦੱਸਿਓ ਜਰਾ ਕਿੰਨੇ ਹੈਗੇ ਇੱਥੇ? ਇੰਨੇ ਹੈ। ਤੁਹਾਡੀ ਪੁੱਛ ਪੜਤਾਲ ਹੋਈ ਜੀ? ਕੋਈ ਪੁੱਛ ਪੜਤਾਲ ਨਹੀਂ ਹੋਈ ਕਿਸੇ ਪੁਰਾਣੇ। ਦੇਖੋ ਗੱਲ ਇਹ ਹੈ, ਖੁੰਡੇ ਵਾਲਾ ਬਾਪੂ ਚਾਹੇ ਤੂੜੀ ਵਾਲੀ ਸੁਭਾਅ ਚ ਪਿਆ ਰਹੇ, ਉਹਦੀ ਲੋੜ ਪੈਂਦੀ ਹੈ। ਟਰੰਕ ਚ ਬੰਦ ਕਰਕੇ ਐਵੇਂ ਨਹੀਂ ਸੀ ਲੈ ਗਏ ਬਰਾਤ ਵਾਲੇ ਉਹਨੂੰ, ਕਿਉਂਕਿ ਬਾਪੂ ਦੀ ਲੋੜ ਪੈਂਦੀ ਹੈ। ਜੇ ਤੁਹਾਨੂੰ ਜਿਤਾਉਣਗੇ ਇਹ ਖੁੰਡੇ ਵਾਲੇ ਬਾਬੇ ਜਿਤਾਉਣਗੇ ਪੁਰਾਣੇ। ਤੁਸੀਂ ਪਿੰਡ ਦੇ, ਇਸ ਪਿੰਡ ਦੀ ਵਿੱਚ ਗੱਲ ਕਰਦਾ, ਮੈਨੂੰ ਬਾਕੀ ਪਿੰਡਾਂ ਦਾ ਕੋਈ ਪਤਾ ਨਹੀਂ ਹੈ। ਜਿਹੜੇ ਨਵੇਂ ਕਾਂਗਰਸੀ ਆ ਉਹ ਤੁਸੀਂ ਸਿਰ ਚੜਾ ਦੇ, ਪੁਰਾਣੇ ਆ ਜਿਹੜੇ ਉਹ ਥੱਲੇ ਡੇਗਦੇ। 100% ਗੱਲ ਹੈ, ਜੇ ਮੈਂ ਝੂਠ ਬੋਲਦਾ ਤੁਸੀਂ ਮੈਨੂੰ ਕਹਿ ਸਕਦੇ ਹੋ ਗੱਲ। ਮੈਨੂੰ 2 ਮਹੀਨੇ ਹੋ ਗਏ ਇਸ ਪਿੰਡ ਨੂੰ, ਸ਼ਾਇਦ ਇਹਨਾਂ ਨੂੰ ਮੇਰੀ ਸ਼ਕਲ ਭੁੱਲ ਗਈ ਹੋਵੇ। ਮੈਂ ਪਰਸਨਲ ਗੱਲ ਜਿਹੜੀ ਉਹ ਕਰਨੀ ਚਾਹੁੰਦਾ ਸੀ, ਜਿਹੜਾ ਮੇਰੇ ਦਿਲ ਚ 2 ਸਾਲਾਂ ਦਾ ਜਿਹੜਾ ਹੈਗਾ ਉਹ ਇੱਕ ਦਰਦ ਸੀ 2 ਸਾਲਾਂ ਦਾ। ਉਦੋਂ ਮੈਂ ਸਰਕਾਰੀ ਕਰਮਚਾਰੀ ਸੀ, ਮੈਂ ਕੱਢ ਨਹੀਂ ਸੀ ਸਕਦਾ ਉਦੋਂ ਜੇ ਮੈਂ ਚਾਹੁੰਦਾ ਇਹਨਾਂ ਦੇ ਖਿਲਾਫ਼ ਮੈਂ ਬੋਲ ਨਹੀਂ ਸੀ ਸਕਦਾ। ਪਰ ਹੁਣ ਅੱਜ ਉਹ ਗੱਲ ਇਹਨਾਂ ਦੇ ਖਿਲਾਫ਼ ਵਾਲੀ ਗੱਲ ਹੈ ਜਿਹੜੀ ਹੁਣ ਕਰਨੀ ਚਾਹ, ਕਹਿ ਕੇ ਕਰੂੰਗਾ, ਮੈਂ ਸਾਹਮਣੇ ਕਰੂੰਗਾ, ਪਿੱਠ ਪਿੱਛੇ ਨਹੀਂ। 2019 ਦੇ ਵਿੱਚ ਅਸੀਂ ਮੋਟਰਸਾਈਕਲਾਂ ਦੇ ਉੱਤੇ ਲੇਹ ਜਾਣਾ, ਸਿੰਗਾਪੁਰ ਜਾਣਾ ਸੀ। MLA ਸਾਹਿਬ ਨੂੰ ਅਸੀਂ ਬੜੀ ਇੱਜ਼ਤ ਦੇ ਨਾਲ ਹਾਰ ਪਾ ਕੇ ਇੱਕ ਪ੍ਰੋਗਰਾਮ ਦੇ ਵਿੱਚ ਲਿਆਂਦਾ, ਇਹਨਾਂ ਨੇ ਉੱਥੇ 2 ਲੱਖ ਅਨਾਊਂਸ ਕੀਤੇ। ਭਲੇਰੀਆ ਸਾਹਿਬ ਵੀ ਉੱਥੇ ਉਸ ਉਹਦੇ ਵਿੱਚ ਸੀਗੇ। ਉਹ ਤੋਂ ਬਾਅਦ ਮੈਂ ਇਹਨਾਂ ਨੂੰ 21 ਟੈਲੀਫੋਨ ਕੀਤੇ, ਮੇਰੇ ਕੋਲ ਨੋਟ ਕੀਤੇ ਹੋਏ ਹੈ, ਟਾਈਮ ਡੇਟਾ ਮੇਰੇ ਕੋਲ ਨੋਟ ਆ, 21 ਟੈਲੀਫੋਨ ਕੀਤੇ। ਉਦੋਂ ਬਾਅਦ ਮੈਂ ਕਿਹਾ ਜੀ ਉਹ 2 ਲੱਖ ਰੁਪਈਆ ਸੀਗਾ ਤੁਸੀਂ ਕਹਿ ਕੇ ਆਏ ਸੀ, ਤੇ ਮੈਂ ਤਾਂ ਆਪਦੇ ਕੋਲੋਂ ਲਾ ਲਏ ਪੈਸੇ। ਗਰੁੱਪ ਵਾਲੇ ਕਹਿੰਦੇ ਸੀ ਤੇਰੀ ਜ਼ਿੰਮੇਵਾਰੀ ਤੇ ਉਹ ਕਹਿ ਕੇ ਗਏ ਆ, ਤੇ ਤੂੰ ਤੇਰੀ ਜੇਬ ਚੋਂ, ਮੈਂ ਤਾਂ ਆਪਦੇ ਕੋਲੋਂ ਲਾ ਲਏ। ਹੁਣ ਉਹ ਪੈਸੇ ਆ ਜਿਹੜੇ ਮੈਂ ਕਿਹਾ ਮਿਹਰਬਾਨੀ ਕਰਕੇ ਦਿਓ, ਅੱਜ ਦਿੰਦੇ ਆ, ਕੱਲ, ਪਰਸੋਂ, ਚੌਥੇ, ਪੰਜਵੇਂ, 21 ਟੈਲੀਫੋਨ ਤੋਂ ਬਾਅਦ ਇਹਨਾਂ ਨੇ ਮੇਰਾ ਟੈਲੀਫੋਨ ਚੱਕਣਾ ਹੀ ਬੰਦ ਕਰਤਾ ਤੇ ਮੈਂ ਕਰਨਾ ਬੰਦ ਕਰਤਾ। ਫਿਰ ਮੈਂ ਇਹਨਾਂ ਨੇ ਮੈਨੂੰ ਆਪਣੇ ਬੇਟੇ ਦਾ ਟੈਲੀਫੋਨ ਦਿੱਤਾ ਸੀ ਨੰਬਰ, ਅੱਜ ਵੀ ਸ਼ਾਇਦ ਇੱਥੇ ਹੋਣ ਕਿਤੇ, ਮੈਨੂੰ ਤਾਂ ਹੁਣ ਸ਼ਕਲ ਭੁੱਲੀ ਪਈ ਹੈ, 2 ਸਾਲ ਹੋ ਗਏ। ਫਿਰ ਮੈਂ ਉਹਨਾਂ ਨੂੰ ਟੈਲੀਫੋਨ ਕੀਤੇ, 15-20 ਟੈਲੀਫੋਨ ਉਹਨਾਂ ਨੂੰ ਵੀ ਕੀਤੇ ਹੋਣੇ ਆ, ਫਿਰ ਉਹਨਾਂ ਨੇ ਵੀ ਟੈਲੀਫੋਨ ਚੱਕਣਾ ਬੰਦ ਕਰਤਾ। ਤੇ ਫਿਰ ਅਖੀਰ ਮੈਂ ਉਹਨੂੰ ਇੱਕ ਗੱਲ ਕਹੀ, ਮੈਂ ਕਿਹਾ ਵੀ ਹੁਣ ਤੂੰ ਟੈਲੀਫੋਨ ਤਾਂ ਚੱਕਣਾ ਬੰਦ ਕਰਦਾ, ਪਰ ਇੱਕ ਦਿਨ ਆਊਗਾ ਕਿ ਇਸ ਗੱਲ ਦਾ ਮੈਂ ਸਵਾਲ ਕਰੂੰਗਾ, ਤੁਹਾਡੇ ਕੋਲ ਕੋਈ ਜਵਾਬ ਨਹੀਂ ਹੋਣਾ। ਅੱਜ ਮੈਂ ਸਰਕਾਰੀ ਕਰਮਚਾਰੀ ਹਾਂ, ਮੈਂ ਕਿਹਾ ਜਿੱਦੇ ਮੈਂ ਰਿਟਾਇਰ ਹੋ ਗਿਆ ਉੱਥੇ ਮੈਂ ਆ ਕੇ ਪੁੱਛੂੰਗਾ, ਮੈਂ ਆਪਣੇ ਵਾਅਦੇ ਦਾ ਪੂਰਾ, ਤੁਸੀਂ ਆਪਣੇ ਵਾਅਦੇ ਦੇ ਪੂਰੇ ਨਹੀਂ ਨਿਕਲੇ। ਉਹ 2 ਲੱਖ ਰੁਪਈਆ ਤੁਸੀਂ ਅਨਾਊਂਸ ਕਰਕੇ ਉੱਥੇ ਮੁੱਕਰੇ, ਉਹ ਮੇਰੀ ਜੇਬ ਚੋਂ ਲੱਗਿਆ, ਪਰ ਇਹਦਾ ਮਤਲਬ ਇਹ ਨਹੀਂ ਕਿ ਅੱਜ ਤੁਸੀਂ ਮੈਨੂੰ ਦੇ ਜਾਓ ਤੇ ਮੈਂ ਕਹਿ ਦੂੰਗਾ ਸਾਰਿਆਂ ਨੂੰ ਵੋਟ ਪਾ ਦਿਓ। ਨਹੀਂ, ਲੈਣੇ ਨਹੀਂ ਹੈ, ਮੈਂ ਸਿਰਫ ਜਿਤਾ ਰਿਹਾ ਕਿ ਲੀਡਰ ਹੈ ਜਿਹੜੇ, ਯਾਰ ਲੀਡਰ ਮਾਂ ਹੁੰਦੇ ਆ ਲੋਕਾਂ ਦੀ, ਲੀਡਰਾਂ ਦੀ ਜ਼ਬਾਨ ਦੇ ਵਿੱਚ ਬਹੁਤ ਵੱਡੇ ਮਾਣੇ ਰੱਖਦਾ ਹੈ। ਤੇ ਜੇ ਲੀਡਰ ਹੀ ਵਾਅਦੇ ਕਰ ਕਰਕੇ ਮੁੱਕਰਨ ਲੱਗ ਜਾਣਗੇ, ਜੇ ਸੋਹਾਂ ਖਾ ਖਾ ਕੇ ਲੀਡਰ ਹੀ ਮੁੱਕਰਨ ਲੱਗ ਜਾਣਗੇ ਤੇ ਪਹਾੜੀ ਚੜ ਜਾਣਗੇ,
ਤੇ ਫਿਰ ਵਾਲੀ ਵਾਰਸ ਕੌਣ ਹੋਊਗਾ ਫਿਰ ਇਹ ਗੱਲ ਸਾਡੇ ਪਿੰਡਾਂ ਚ ਪਹੁੰਚਦੀ ਆ ਫਿਰ ਪੰਚ ਸਰਪੰਚ ਵੀ ਮੁਕਰਨਾ ਸ਼ੁਰੂ ਹੋ ਜਾਣਗੇ ਫਿਰ ਨੰਬਰਦਾਰ ਵੀ ਮੁਕਰਨਾ ਸ਼ੁਰੂ ਹੋ ਜਾਣਗੇ ਫਿਰ ਇੱਕ ਭਰਾ ਦੂਜੇ ਭਰਾ ਦੀ ਜਾਇਦਾਦ ਤੇ ਕਬਜ਼ਾ ਕਰਕੇ ਵੀ ਮੁਕਰਨਾ ਸ਼ੁਰੂ ਹੋ ਜਾਊਗਾ ਫਿਰ ਸਾਡੇ ਬੱਚਿਆਂ ਤੱਕ ਇਹ ਗੱਲ ਪਹੁੰਚੂਗੀ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਇਸ ਜ਼ਿੰਮੇਵਾਰੀ ਨੂੰ ਸਮਝ ਕੇ ਮਿਹਰਬਾਨੀ ਕਰੋ ਬਹੁਤ ਸਮਝੋ ਇਸ ਜ਼ਿੰਮੇਵਾਰੀ ਨੂੰ ਅਜੇ ਕੁਛ ਨਹੀਂ ਵਿਗੜਿਆ ਵੋਟਾਂ ਵਾਟਾਂ ਆਉਂਦੀਆਂ ਰਹਿਣਗੀਆਂ ਮੰਤਰੀ ਆਉਂਦੇ ਰਹਿਣਗੇ MLA ਆਉਂਦੇ ਰਹਿਣਗੇ ਵੱਡੇ ਵੱਡੇ ਬੰਦੇ ਆਉਂਦੇ ਜਾਂਦੇ ਰਹਿਣਗੇ ਕੋਈ ਫਰਕ ਨਹੀਂ ਪੈਂਦਾ ਇਸ ਦੁਨੀਆਂ ਨੂੰ ਪਰ ਜਿਹੜੇ ਬੰਦੇ ਨੂੰ ਜ਼ਬਾਨ ਕੋਈ ਦਿੱਤੀ ਹੋਈ ਹੈ ਜਿਹੜੇ ਬੰਦਿਆਂ ਨਾਲ ਕੋਈ ਵਾਅਦੇ ਕੀਤੇ ਹੋਏ ਹੈ ਉਸ ਵਾਅਦਿਆਂ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰੋ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।